ਹੈਲੋ ਸਟੂਡੈਂਟਸ ਵੈਲਕਮ ਟੂ आवर YouTube ਚੈਨਲ ਸੋ ਅੱਜ ਦੀ ਇਸ ਵੀਡੀਓ ਚ ਅਸੀਂ GK ਰਿਲੇਟਡ ਕੁਐਸਚਨਸ ਦੀ ਸੀਰੀਜ਼ ਨੂੰ ਕੰਟੀਨਿਊ ਕਰਾਂਗੇ ਸੋ ਇਸ ਤੋਂ ਪਹਿਲਾਂ ਕੁਝ ਪਾਰਟ ਹੋ ਚੁੱਕੇ ਐ ਜੇਕਰ ਤੁਸੀਂ ਉਹ ਵੀਡੀਓਜ਼ ਦੇਖਣਾ ਚਾਹੋ ਤਾਂ ਚੈਨਲ ਦੀ ਪਲੇਲਿਸਟ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਸੋ ਕੁਐਸਚਨਸ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੇ ਐ ਵੀਡੀਓ ਦੇ ਅੰਤ ਤੱਕ ਜੁੜੂ ਦੇਖਣਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤਾਂ ਆਪਾਂ ਫਰਸਟ ਕੁਐਸਚਨ ਦੇਖਦੇ ਹਾਂ ਫਰਸਟ ਕੁਐਸਚਨ ਜੋ ਆਪਨੇ ਇਸ ਤਰ੍ਹਾਂ ਦੇ ਜੰਗਲ ਮਿਲਦੇ ਹਨ ਹਾਂਜੀ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹਿੰਦਾ ਹੈ ਭੂਮਤ ਰੇਖਾਂ ਦੇ ਨੇੜੇ ਆਪਾਂ ਨੂੰ ਊਸ਼ਣ ਕਟਿਬੰਦ ਜੰਗਲ ਮਿਲਦੇ ਹਨ ਯਾਨੀ ਕਿ ਫਸਟ ਆਪਸ਼ਨ ਆਪਣੇ ਕੋਲ ਰਾਈਟ ਰਹਿੰਦੀ ਹੈ ਇਸ ਦੇ ਨਾਲ ਹੀ ਸੈਕਿੰਡ ਕੁਐਸਚਨ ਹੈ ਜੋ ਜ਼ਿਲ੍ਹਾ ਨਥੂਲਾ ਸ਼ਬਦ ਵਿੱਚ ਲਾ ਦਾ ਕੀ ਅਰਥ ਹੈ ਤੇ ਇੱਥੇ ਸਪੈਲਿੰਗ ਮਿਸਟੇਕ ਹੈ ਲਾ ਦਾ ਕੀ ਅਰਥ ਹੈ ਇਸ ਦੇ ਵਿੱਚ ਦਰਾ ਰਾਈਟ ਆਨਸਰ ਇਹਦਾ ਹੈ ਇਸ ਦਾ ਅਰਥ ਹੈ ਦਰਾ ਤਾਂ ਜੋ ਜ਼ਿਲ੍ਹਾ ਐਂਡ ਕਾਰਾਕੋਰਮ ਦਰਾ ਜੋ ਹੈ ਕਿੱਥੇ ਸਥਿਤ ਹੈ ਜੰਮੂ ਕਸ਼ਮੀਰ ਦੇ ਵਿੱਚ ਇਸ ਦੇ ਨਾਲ ਹੀ ਨਥੁਲਾ ਦਰਾ ਕੀ ਸਥਿਤ ਹੈ ਸਿੱਕਿਉਂ ਦੇ ਵਿੱਚ ਨਾਲ ਹੀ ਤੁਸੀਂ ਯਾਦ ਰੱਖ ਸਕਦੇ ਹੋ ਕਿ ਲਦਾਖ ਖੇਤਰ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਧ ਉੱਚੀ ਸੜਕ ਹੈ ਇਸ ਨੂੰ ਤੁਸੀਂ ਯਾਦ ਰੱਖ ਸਕਦੇ ਹੋ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਕਿ ਕਾਨਾ ਪੰਛੀ ਵਿਹਾਰ ਕੇਂਦਰ ਕਿੱਥੇ ਸਥਿਤ ਹੈ ਰਾਈਟ ਆਨਸਰ ਆਪਣੇ ਕੋਲ ਰਹਿੰਦਾ ਹੈ ਇਹ ਰਾਜਸਥਾਨ ਦੇ ਵਿੱਚ ਸਥਿਤ ਹੈ ਤਾਂ ਇਹ ਪਰਤਪੁਰ ਜ਼ਿਲ੍ਹੇ ਦੇ ਵਿੱਚ ਹੈ ਇਸ ਦੇ ਨਾਲ ਹੀ ਕੇਵਲਾ ਦੇਵੀ ਰਾਸ਼ਟਰੀ ਪਾਰਕ ਵੀ ਇਸ ਨੂੰ ਬੋਲੇ ਜਾਂਦਾ ਹੈ ਤਾਂ ਇਸ ਨੂੰ ਯੂਨੈਸਕੋ ਦੀ ਸੂਚੀ ਦੇ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਇਹ ਕੁਸ਼ਣ ਨਹੀਂ ਬੰਦਾ ਹੈ 1985 ਦੇ ਵਿੱਚ ਇਸ ਨੂੰ ਯੂਨੈਸਕੋ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਹਾਂਜੀ ਨੈਕਸਟ ਕੁਸ਼ਣ ਜੋ ਹੈ ਭਾਰਤ ਵਿੱਚ ਸਭ ਤੋਂ ਵੱਧ ਲੋਕ ਕਿਹੜੇ ਉਦਯੋਗ ਨਾਲ ਜੁੜੇ ਹੋਏ ਹਨ ਰਾਈਟ ਆਨਸਰ ਆਪਣੇ ਕੋ ਰਹਿਦਾ ਹੈ ਭਾਰਤ ਦੇ ਵਿੱਚ ਸਭ ਤੋਂ ਵੱਧ ਲੋਕ ਕਪੜਾ ਉਦਯੋਗ ਦੇ ਨਾਲ ਜੁੜੇ ਹੋਏ ਹਨ ਨੈਕਸਟ ਕੁਸ਼ਣ ਹੈ ਸਰਕਾਰੀ ਅਯੋਗ ਦਾ ਸਬੰਧ ਕਿਸ ਦੇ ਨਾਲ ਹੈ ਰਾਈਟ ਆਨਸਰ ਇਹ ਰੰਦਾ ਹੈ ਹਾਂਜੀ 3rd ਆਪਸ਼ਨ ਰਾਈਟ ਆਂਦੀ ਹੈ ਕੇਂਦਰ ਰਾਜ ਸਬੰਧਾ ਦੇ ਨਾਲ ਸਰਕਾਰੀ ਯੋਗ ਦਾ ਸਬੰਧ ਹੈ ਤਾਂ ਇਸ ਤਿੰਨ ਮੈਂਬਰੀ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ ਸੀ 1983 ਦੇ ਵਿੱਚ ਇਸ ਦੀ ਸਥਾਪਨਾ ਹੋਈ ਇਸ ਦੇ ਨਾਲ ਹੀ ਸ਼੍ਰੀ ਰਜਿੰਦਰ ਸਿੰਘ ਸਰਕਾਰੀ ਇਸ ਦੇ ਮੁਖੀ ਸਨ ਨੈਕਸਟ ਕੁਐਸਚਨ ਆਪਣੇ ਕੋਲ ਹੈ ਪੰਚਾਇਤ ਵਿਸ਼ਾ ਕਿਹੜੀ ਸੂਚੀ ਵਿੱਚ ਆਉਂਦਾ ਹੈ ਹਾਂਜੀ ਇਸ ਦਾ ਰਾਈਟ ਆਨਸਰ ਇਹ ਰੰਦਾ ਹੈ ਪੰਚਾਇਤ ਵਿਸ਼ਾ ਆਪਣੇ ਕੋਲ ਰਾਜ ਸੂਚੀ ਦੇ ਵਿੱਚ ਆਉਂਦਾ ਹੈ ਤਾਂ ਪੰਚਾਇਤ ਦੇ ਵਿੱਚ ਗੱਲ ਕਰੀਏ ਲੋਕਤੰਤਰ ਦੀ ਮੋਢਲੀ ਇਕਾਈ ਘੱਟੋ-ਘੱਟ 200 ਲੋਕਾਂ ਦੀ ਆਬਾਦੀ ਵਾਲਾ ਪਿੰਡ ਹੁੰਦਾ ਹੈ ਜਿਸ ਦਾ ਕਾਰਜਕਾਲ 5 ਸਾਲ ਐਂਡ ਮਿਨਿਮਮ ਏਜ 21 ਸਾਲ ਦੀ ਹੁੰਦੀ ਹੈ ਨਾਲ ਹੀ ਪੰਚਾਇਤ ਸਮੇਟੀ ਜਾਂ ਬਲਾਕ ਸਮੇਟੀ ਦੇ ਵਿੱਚ 100 ਪੰਚਾਇਤਾਂ ਨਾਲ ਇੱਕ ਬਲਾਕ ਸਮੇਟੀ ਬਣਦੀ ਹੈ ਤਾਂ ਉਸ ਦਾ ਵੀ ਕਾਰਜਕਾਲ ਆਪਣੇ ਕੋਲ 5 ਸਾਲ ਦਾ ਹੀ ਰਹਿੰਦਾ ਪਰ ਮਿਨਿਮਮ ਏਜ ਉਹਦੇ ਚ ਹੁੰਦੀ ਹੈ ਜੀ 25 ਸਾਲ ਤਾਂ ਇਸ ਤੋਂ ਬਾਅਦ ਆਪਣੇ ਕੋਲ ਜ਼ਿਲ੍ਹਾ ਪ੍ਰੀਸ਼ਦ ਆਉਂਦਾ ਹੈ ਤਾਂ ਆਪਣੇ ਕੋਲ ਜ਼ਿਲ੍ਹੇ ਕਿੰਨੇ ਹੋ ਚੁੱਕੇ ਹਨ 23 ਜ਼ਿਲ੍ਹੇ ਪੰਜਾਬ ਦੇ ਹਨ ਕੁਝ ਟਾਈਮ ਪਹਿਲਾਂ ਹੀ ਜਿਲ੍ਹਾ ਇੱਕ ਵਧਾਇਆ ਗਿਆ ਹੈ ਨੈਕਸਟ ਕੁਸ਼ਚਨ ਆਪਣੇ ਕੋਲ ਬਣਦਾ ਹੈ ਭਾਰਤੀ ਨਾਗਰਿਕਾ ਪ੍ਰਾਪਤ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਇਸ ਦਾ ਰਾਈਟ ਆਨਸਰ ਆਪਣੇ ਕੋਲ ਹੈ ਭਾਰਤੀ ਨਾਗਰਿਕਾ ਆਪਣੇ ਕੋਲ ਜਨਮ ਤੇ ਵੀ ਪ੍ਰਾਪਤ ਕੀਤੀ ਜਾ ਸਕਦੀ ਵੰਛ ਦੇ ਆਧਾਰ ਤੇ ਵੀ ਤੇ ਪੰਜੀਕਰਨ ਰਾਹੀਂ ਵੀ ਪ੍ਰਾਪਤ ਕੀਤੀ ਜਾ ਸਕਦੀ ਯਾਨੀ ਕਿ ਰਾਈਟ ਆਨਸਰ ਆਪਣੇ ਕੋਲ 4th ਆਪਸ਼ਨ ਰਹਿੰਦੀ ਹੈ ਉਪਰੋਕਤ ਸਾਰੇ ਤਾਂ ਭਾਰਤ ਦੇ ਵਿੱਚ ਲਗਾਤਾਰ 12 ਸਾਲ ਰਹਿਣ ਦੇ ਨਾਲ ਵੀ ਭਾਰਤੀ ਨਾਗਰਿਕਤਾ ਹਾਸਲ ਹੋ ਜਾਂਦੀ ਹੈ ਨੈਕਸਟ ਆਪਣੇ ਕੋਲ ਜੋ ਕੁਸ਼ਚਨ ਬਣਦਾ ਹੈ ਬਾਂਸ ਕਿਸ ਤਰ੍ਹਾਂ ਦੇ ਵਰਗ ਵਿੱਚ ਆਉਂਦਾ ਹੈ ਤਾਂ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਕਸਰ ਹੀ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਤਾਂ ਬਾਂਸ ਆਪਣੇ ਕੋਲ ਇੱਕ ਤਰ੍ਹਾਂ ਦਾ ਕਾਹ ਹੈ ਤਾਂ ਬਾਂਸ ਆਪਣੇ ਕੋਲ 250 ਸੈਂਟੀਮੀਟਰ ਹਰ ਰੋਜ਼ ਵੱਧਦਾ ਹੈ ਇਸ ਤੋਂ ਇਲਾਵਾ ਬਾਂਸ ਰਾਹੀਂ ਮਿਜੋਰਮ ਵਿੱਚ ਬਿਜਲੀ ਵੀ ਪੈਦਾ ਕੀਤੀ ਜਾਂਦੀ ਹੈ ਤਾਂ ਹੁਸ਼ਿਆਰਪੁਰ ਪੰਜਾਬ ਵਿੱਚ ਬਾਂਸ ਦੀ ਖੇਤੀ ਸਭ ਤੋਂ ਵੱਧ ਕੀਤੀ ਜਾਂਦੀ ਹੈ ਨੈਕਸਟ ਕੁਐਸਚਨ ਆਪਣੇ ਕੋ ਬਣਦਾ ਹੈ ਭਾਰਤ ਸਹਾਇਤਾ ਕਲੱਬ ਦੀ ਸਥਾਪਨਾ ਕਿਸ ਨੇ ਕੀਤੀ ਤਾਂ ਭਾਰਤ ਸਹਾਇਤਾ ਕਲੱਬ ਦੀ ਸਥਾਪਨਾ ਕੀਤੀ ਸੀ ਜੀ ਵਿਸ਼ਵ ਬੈਂਕ ਨੇ ਯਾਨੀ ਕਿ ਵਰਲਡ ਬੈਂਕ ਨੇ ਤਾਂ ਇਸ ਦਾ ਮੁੱਖ ਦਫ਼ਤਰ ਕਿੱਥੇ ਹੈ ਜੀ ਵਸ਼ਿੰਗਟਨ ਦੇ ਵਿੱਚ ਹੈ ਇਸ ਦੇ ਨਾਲ ਹੀ ਭਾਰਤ ਦੀ ਦੂਜੀ ਅਤੇ ਪੰਜ ਸਾਲਾ ਯੋਜਨਾ ਦੇ ਦੌਰਾਨ ਆਰਥਿਕ ਮਦਦ ਦੇ ਕਾਰਨ 1958 ਈਸਵੀ ਦੇ ਵਿੱਚ ਭਾਰਤ ਸਹਾਇਤਾ ਕਲੱਬ ਦੀ ਸਥਾਪਨਾ ਕੀਤੀ ਗਈ ਸੀ ਤਾਂ ਕਦੋਂ ਸਥਾਪਨਾ ਹੋਈ ਸੀ 1958 ਈਸਵੀ ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ ਤਾਂ ਇਸ ਦੇ ਨਾਲ ਹੀ ਇਸ ਕਲੱਬ ਦਾ ਹੁਣ ਨਾਮ ਕੀ ਰੱਖਿਆ ਗਿਆ ਹੈ ਭਾਰਤੀ ਵਿਕਾਸ ਫੋਰਸ ਇਸ ਦਾ ਨਾਮ ਰੱਖਿਆ ਗਿਆ ਹੈ ਤਾਂ ਇਸ ਦੀ ਸਥਾਪਨਾ ਕੀਤੀ ਗਈ ਹੈ ਵਿਸ਼ਵ ਬੈਂਕ ਜਾਨੀ ਕਿ ਵਰਲਡ ਬੈਂਕ ਦੇ ਵੱਲੋਂ ਨੈਕਸਟ ਕੁਐਸਚਨ ਆਪਣੇ ਕੋਲ ਹੈ ਵਰਲਡ ਪੋਪੂਲੇਸ਼ਨ ਡੇ ਕਦੋਂ ਮਨਾਇਆ ਜਾਂਦਾ ਹੈ ਵਰਲਡ ਪੋਪੂਲੇਸ਼ਨ ਡੇ ਮਨਾਇਆ ਜਾਂਦਾ ਹੈ ਜੀ 11 ਜੁਲਾਈ ਨੂੰ ਸੈਕਿੰਡ ਆਪਸ਼ਨ ਆਪਣੇ ਕੋਲ ਰਾਈਟ ਰਹਿੰਦੀ ਹੈ ਤਾਂ ਇਹ ਕਦੋਂ ਮਨਾਣਾ ਸ਼ੁਰੂ ਕੀਤਾ ਗਿਆ ਸੀ 1999 ਦੇ ਵਿੱਚ ਇਸ ਨੂੰ ਮਨਾਣਾ ਸ਼ੁਰੂ ਕੀਤਾ ਗਿਆ ਸੀ ਤਾਂ ਕਿ ਵਿਸ਼ਵ ਨੂੰ ਜਨਸੰਖਿਆ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਨੈਕਸਟ ਜੋ ਕੁਐਸਚਨ ਆਪਣੇ ਕੋਲ ਹੈ ਵਾਰ ਐਂਡ ਪੀਸ ਕਿਸ ਦੀ ਰਚਨਾ ਹੈ ਵਾਰ ਐਂਡ ਪੀਸ ਆਪਣੇ ਕੋਲ ਟਾਲਸਟਾਈ ਦੀ ਰਚਨਾ ਹੈ ਯਾਨੀ ਕਿ फोर्थ ਆਪਸ਼ਨ ਰਾਈਟ ਰਹਿੰਦੀ ਹੈ ਤਾਂ ਇਸ ਪੁਸਤਕ ਇਹਦੇ ਵਿੱਚ ਚਾਰ ਰਾਜਤੰਤਰੀ ਸ਼ਾਹੀ ਪਰਿਵਾਰਾਂ ਦੇ ਜੀਵਨ ਦੇ ਬਾਰੇ ਗੱਲ ਕੀਤੀ ਗਈ ਹੈ ਨੈਕਸਟ ਕੁਐਸਚਨ ਆਪਣੇ ਕੋਲ ਬੰਦਾ ਹੈ ਕਿ ਭਾਰਤ ਦੀ ਆਜ਼ਾਦੀ ਸਮੇਂ ਕਾਂਗਰਸ ਦਾ ਪ੍ਰਧਾਨ ਕੌਣ ਸੀਗਾ ਰਾਈਟ ਆਨਸਰ ਇਹਦਾ ਹੈ ਜੀ 4th ਆਪਸ਼ਨ ਜੀਬੀ ਕ੍ਰਿਪਲਾਨੀ ਇਸ ਦਾ ਪ੍ਰਧਾਨ ਸੀਗਾ ਤਾਂ ਉਸ ਦਾ ਜਨਮ ਹੋਇਆ ਸੀ 11 ਨਵੰਬਰ 1888 ਦੇ ਵਿੱਚ ਤਾਂ ਉਹਨਾਂ ਡੈਥ ਹੋਈ ਸੀ 19 ਮਾਰਚ 1982 ਦੇ ਵਿੱਚ ਨੈਕਸਟ ਕੁਐਸਚਨ ਆਪਣੇ ਕੋਲ ਹੈ ਆਇਰਨ ਮੈਨ ਆਫ ਇੰਡੀਆ ਕਿਸ ਨੂੰ ਬੋਲੇ ਜਾਂਦਾ ਹੈ ਹਾਂਜੀ ਰਾਈਟ ਆਨਸਰ ਹੈ ਫਸਟ ਆਪਸ਼ਨ ਰਾਈਟ ਰਹਿੰਦੀ ਹੈ ਸਰਦਾਰ ਵੱਲੋਪਾਈ ਪਟੇਲ ਨੂੰ ਆਇਰਨ ਮੈਨ ਆਫ ਇੰਡੀਆ ਬੋਲੇ ਜਾਂਦਾ ਹੈ ਬਾਰਦੋਲੀ ਅੰਦੋਲਨ ਦੌਰਾਨ ਔਰਤਾਂ ਨੇ ਵੱਲਭਾਈ ਪਟੇਲ ਨੂੰ ਸਰਦਾਰ ਦੀ ਉਪਾਧੀ ਦਿੱਤੀ ਸੀ ਇਸ ਦੇ ਨਾਲ ਹੀ ਗੱਲ ਕਰੀਏ ਬਾਲ ਗੰਗਾ ਦਾ ਤਿਲਕ ਦੀ ਤਾਂ ਉਹਨਾਂ ਨੂੰ ਲੋਕ ਮਾਨਿਆ ਬੋਲਿਆ ਜਾਂਦਾ ਹੈ ਜੋ ਨੈਕਸਟ ਕੁਐਸਚਨ ਆਪਣੇ ਕੋਲ ਹੈ ਅਗਸਤ ਕ੍ਰਾਂਤੀ ਕਿਹੜੇ ਅੰਦੋਲਨ ਨੂੰ ਕਿਹਾ ਜਾਂਦਾ ਹੈ ਹਾਂਜੀ ਇਸ ਦਾ ਰਾਈਟ ਆਨਸਰ ਇਹੰਦਾ ਹੈ ਸੈਕਿੰਡ ਆਪਸ਼ਨ ਰਾਈਟ ਹੁੰਦੀ ਹੈ ਭਾਰਤ ਛੱਡੋ ਅੰਦੋਲਨ ਨੂੰ ਅਗਸਤ ਕ੍ਰਾਂਤੀ ਬੋਲਿਆ ਜਾਂਦਾ ਹੈ ਨੈਕਸਟ ਜੋ ਕੁਐਸਚਨ ਹੈ ਕਿਹੜੇ ਸ਼ਾਸਕ ਦੇ ਬਾਰੇ ਕਿਹਾ ਜਾਂਦਾ ਹੈ ਕਿ ਸਾਰੀ ਜ਼ਿੰਦਗੀ ਲੜਖੜਾਉਂਦੇ ਗੁਜ਼ਰ ਗਈ ਤੇ ਮੌਤ ਵੀ ਲੜਖੜਾ ਕੇ ਹੋਈ ਸੀ ਤਾਂ ਇਸ ਨੂੰ ਤੁਸੀਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ ਕਿ ਇਹ ਪੌੜੀਆਂ ਤੋਂ ਡਿੱਗਣ ਕਰਕੇ ਇਸ ਦੀ ਮੌਤ ਹੋਈ ਸੀ ਹਮਾਇੂ ਦੀ ਤਾਂ ਰਾਈਟ ਆਨਸਰ ਆਂਦਾ ਹੈ ਹਮਾਇੂ ਤਾਂ ਹਮਾਇੂ ਦੀ ਮੌਤ ਹੋਈ ਸੀ ਦਿੱਲੀ ਵਿਖੇ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗਣ ਦੇ ਕਾਰਨ ਇਸ ਕਰਕੇ ਉਹਨਾਂ ਨੂੰ ਨਾਮ ਕਿਸ ਨੇ ਦਿੱਤਾ ਪ੍ਰਸਿੱਧ ਇਤਿਹਾਸਕਾਰ ਸੀਗਾ ਲੈਂਡ ਪੂਲ ਜਿਸ ਨੇ ਕਿਹਾ ਸੀ ਕਿ ਉਹਨਾਂ ਦੀ ਸਾਰੀ ਜ਼ਿੰਦਗੀ ਲੜਖੜਾਉਂਦੇ ਬੀਤ ਗਈ ਨਾਲ ਹੀ ਉਹਨਾਂ ਦੀ ਮੌਤ ਵੀ ਲੜਖੜਾ ਕੇ ਹੋਈ ਸੀ ਸੋ ਨੈਕਸਟ ਕੁਐਸਚਨ ਆਪਣੇ ਕੋਲ ਜੋ ਬਣਦਾ ਹੈ ਅਸ਼ਟ ਪ੍ਰਧਾਨ ਦਾ ਸਬੰਧ ਕਿਸ ਦੇ ਨਾਲ ਰਿਹਾ ਹੈ ਅਸ਼ਟ ਪ੍ਰਧਾਨ ਦਾ ਸਬੰਧ ਰਿਹਾ ਹੈ ਜੀ ਮਰਾਠਾ ਦੇ ਨਾਲ ਸਰਾਜਨੀਤਿਕ ਵਿਵਸਥਾ ਦੇ ਲਈ ਮਰਾਠਾ சிவாਜੀ ਨੇ ਅੱਠ ਮੰਤਰੀਆਂ ਦੀ ਇੱਕ ਟੀਮ ਬਣਾਈ ਸੀਗੀ ਉਸ ਨੂੰ ਹੀ ਅਸ਼ਟ ਪ੍ਰਧਾਨ ਕਿਹਾ ਜਾਂਦਾ ਹੈ ਨੈਕਸਟ ਆਪਣੇ ਕੋਲ ਜੋ ਕੁਐਸਚਨ ਬਣਦਾ ਹੈ ਕਿ ਗਾਇਤਰੀ ਮੰਤਰ ਦਾ ਨਿਰਮਾਤਾ ਕੌਣ ਹੈ ਗਾਇਤਰੀ ਮੰਤਰ ਦਾ ਨਿਰਮਾਤਾ ਹੈ ਜੀ ਰਾਈਟ ਆਨਸਰ ਆਪਣੇ ਕੋਲ ਕੀ ਰਹਿੰਦਾ ਹੈ ਫਰਸਟ ਆਪਸ਼ਨ ਵਿਸ਼ਵਾਮਿੱਤਰ गायत्री मंत्र ਦਾ ਨਿਰਮਾਤਾ ਹੈ ਸੋ ਗਾਇਤਰੀ ਮੰਤਰ ਨੂੰ ਰਿਗਵੇਦ ਤੋਂ ਲਿਆ ਗਿਆ ਹੈ ਤਾਂ ਵੇਦਾਂ ਦੇ ਨਾਮ ਜੇਕਰ ਯਾਦ ਰੱਖੋ ਤਾਂ ਚਾਰ ਵੇਦ ਜਿਹੜੇ ਆ ਰਿਗਵੇਦ ਯਜੁਰਵੇਦ ਸਾਮਵੇਦ ਤੇ ਅਥਰਵਵੇਦ ਤੇ ਇਹ ਚਾਰ ਵੇਦਾਂ ਨੂੰ ਤੁਸੀਂ ਯਾਦ ਰੱਖ ਸਕਦੇ ਹੋ ਇਸ ਦੇ ਨਾਲ ਹੀ ਜੋ ਵੇਦ ਹਨ ਉਹ ਕਿੱਥੋਂ ਲੈ ਗਏ ਨੇ ਇਹਨਾਂ ਦੀ ਰਚਨਾ ਵੈਦਿਕ ਕਾਲ ਦੇ ਵਿੱਚ ਹੋਈ ਸੀ ਸੋ ਇਹ ਸੀ ਕੁਝ ਅੱਜ ਦੇ ਇੰਪੋਰਟੈਂਟ ਕੁਸ਼ਨ ਜੋ ਕਿ ਅਕਸਰ ਹੀ ਪੇਪਰ ਦੇ ਵਿੱਚ ਪੁੱਛਲੇ ਜਾਂਦੇ ਹਨ ਤਾ ਇਸ ਦੇ ਨਾਲ ਹੀ ਜੋ ਐਕਸਟਰਾ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਜਾਂਦੀ ਉਸ ਨੂੰ ਵੀ ਤੁਸੀਂ ਜਰੂਰ ਨੋਟ ਕਰਿਆ ਕਰੋ। ਤਾਂ ਉਸ ਤਰ੍ਹਾਂ ਦੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ। ਸੋ ਜੇਕਰ ਵੀਡੀਓ ਹੈਲਪਫ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਐਂਡ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ। ਸੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਕੁਝ ਹੋਰ ਕੁਐਸਚਨ ਲੈ ਕੇ ਆਵਾਂਗੇ। ਮਿਲਦੇ ਆ ਨੈਕਸਟ ਵੀਡੀਓ 'ਚ। ਥੈਂਕ ਯੂ।